ਤਾਂ ਹੁਣ ਆ ਕੇ ਮਹਿਲਾਂ ਦੇ ਵਿੱਚ ਅਲਖ ਜਗਾ ਕੇ ਮਾਤਾ ਬਾਸ਼ਨ ਨੂੰ ਕਿਹਾ, ਮਾਈਏ ਵਧਾਈਆਂ, ਦੇਖਿਆ ਗੁਰੂ ਆਏ ਮੇਰੇ ਅੱਜ ਮਹਿਲਾਂ ਦੇ ਵਿੱਚ। ਮਹਾਰਾਜ ਸਭ ਤੋਂ ਪਹਿਲਾਂ ਵਧਾਈਆਂ ਤੁਹਾਨੂੰ, ਤੁਹਾਡੀ ਚੀਜ਼ ਹੈ। ਗੁਰੂ ਗੋਰਖਨਾਥ ਨੇ ਉਹਨੂੰ ਉਸ ਵੇਲੇ ਆਸ਼ੀਰਵਾਦ ਦਿੱਤਾ, ਕਿਉਂਕਿ ਜ਼ਹਿਰ ਪੀਣ। ਫਿਰ ਮਾਤਾ ਵਾਸ਼ਲ ਤੋਂ ਗੁਰੂ ਗੋਰਖਨਾਥ ਨੇ ਵਧਾਈ ਮੰਗ ਲਈ। ਮਾਇਆ ਤਾਂ ਨਹੀਂ ਰਚੀ ਹੋਈ। ਜਿਸ ਵੇਲੇ ਵਧਾਈ ਮੰਗ ਲਈ ਕਿ ਮਹਾਰਾਜ ਹੁਣ ਤੁਸੀਂ ਗੁਰੂ ਹੋ, ਮੈਂ ਤੁਹਾਡੀ ਚੇਲੀ, ਮੈਂ ਤੁਹਾਨੂੰ ਕੀ ਦੇ ਸਕਦੀ ਹਾਂ? ਮੈਂ ਕੁਛ ਨਹੀਂ ਦੇ ਸਕਦੀ ਬਈ। ਵਾਕਿਆ ਨਹੀਂ ਵੀ ਦੇ ਸਕਦੀ, ਉਹ ਤਾਂ ਵਿਚਾਰੀ ਅੱਗੇ ਖਾਲੀ ਸੀ, ਜਿਹਦੀ ਝੋਲੀ ਉਹਨੇ ਭਰੀ, ਉਹਨੇ ਵਧਾਈ, ਉਹਦੇ ਕੀ ਲੈਣਾ। ਉਸ ਵੇਲੇ ਗੁਰੂ ਗੋਰਖਨਾਥ ਨੇ ਕਿਹਾ, ਮਾਈਏ ਇਹ ਵਾਸ਼ਲ, ਉਹ ਮੈਂ ਵਧਾਈ ਦੇ ਵਿੱਚ ਕੁਛ ਨਹੀਂ ਲੈਣਾ ਤੇ ਤੋਂ, ਮੈਨੂੰ ਨੀਲਾ ਘੋੜਾ ਦੇ ਦੇ। ਬੋਲੋ ਸੱਚੇ ਦਰਬਾਰ ਕੀ। ਜਿਸ ਨੀਲੇ ਨੇ ਜਨਮ ਲਿਆ ਨਾ, ਉਹ ਵਧਾਈ ਦੇ ਵਿੱਚ ਲੈਣਾ। ਉਸ ਵੇਲੇ ਮਾਤਾ ਵਾਸ਼ਲ ਕਿੱਦਾਂ ਮੁੱਕਰ ਜਾਵੇ, ਦਾਤੀ ਉਹਦੀ ਸੀ। ਹੁਣ ਗੁਰੂ ਗੋਰਖਨਾਥ ਦਾ ਵਧਾਈ ਦਾ ਇੱਕ ਬਹਾਨਾ ਬਣਾ ਕੇ ਆਏ। ਹੁਣ ਪਤਾ ਵੀ ਨੀਲਾ ਸੰਭਾਲਣ ਵਾਲਾ ਨਹੀਂ ਹੈ ਇਹਨਾਂ ਤੇ, ਉਹਦੀ ਪਰਵਰਿਸ਼ ਕਿਤੇ ਹੋਰ ਤੀ ਹੋਣੀ। ਮਹਾਰਾਜ ਮੇਰੇ ਭਾਵੇਂ ਨੀਲਾ ਛੱਡ ਕੇ ਇਹਨੂੰ ਵੀ ਲੈ ਜਾਵੋ, ਇਹ ਤੁਹਾਡਾ ਹੀ ਹੈ ਸਭ ਕੁਛ। ਉਸ ਵੇਲੇ ਕਿਹਾ, ਨਹੀਂ ਮਾਈ, ਇਹਦੀ ਪਰਵਰਿਸ਼ ਇੱਥੇ ਹੋਣੀ। ਉਹ ਨੀਲਾ ਬੱਚਾ ਹੀ ਥਾ, ਅਜੇ ਤਾਂ ਕਿੰਨਾ, ਪੰਜ ਚਾਰ ਦਿਨ ਦਾ ਤਾਂ ਥਾ। ਉਹ ਨੀਲਾ ਲੈ ਕੇ ਗੁਰੂ ਗੋਰਖਨਾਥ ਨੇ ਜਾ ਕੇ ਕਿੱਥੇ, ਖਵਾਜੇ ਪੀਰ ਕੋਲ ਛੱਡਿਆ। ਬੋਲੋ ਸੱਚੇ ਦਰਬਾਰ ਕੀ। ਔਰ ਖਵਾਜੇ ਪੀਰ ਨੂੰ ਕਿਹਾ, ਇਹਨੂੰ ਇਹਦੀ ਰਖਵਾਲੀ ਵਾਸਤੇ ਪੰਜ ਪੀਰ ਛੱਡ ਦੇ, ਉਹਨਾਂ ਦੇ ਹਵਾਲੇ ਕਰਦੇ ਹੀ ਨਹੀਂ। ਜਿਸ ਵੇਲੇ ਮੈਨੂੰ ਜ਼ਰੂਰਤ ਪੈਣੀ ਹੈ ਤਾਂ ਮੈਂ ਆ ਕੇ ਲੈ ਜਾਣਾ, ਇਹ ਮੇਰੀ ਅਮਾਨਤ ਰਹੀ ਤੇਰੇ ਕੋਲ। ਖਵਾਜੇ ਪੀਰ ਨੇ ਹੱਥ ਜੜ ਕੇ ਬੋਲਿਆ, ਜੀ ਜੋ ਆ ਗਿਆ ਮਹਾਰਾਜ, ਤੁਸੀਂ ਦਿਓ ਜਦੋਂ ਮਰਜ਼ੀ ਲੈ ਜਾਓ। ਹੁਣ ਉੱਥੇ ਉਹ ਨੀਲੇ ਘੋੜੇ ਦੀ ਪਰਵਰਿਸ਼ ਹੋਈ, ਉਹਨਾਂ ਪੰਜਾਂ ਪੀਰਾਂ ਨੇ ਇਹਨੂੰ ਪਾਲਿਆ। ਖਵਾਜੇ ਪੀਰਾਂ ਦੇ ਪੰਜ ਪੀਰ ਛੱਡੇ, ਉਹਨੇ ਪਾਲਿਆ ਉਹ ਨੀਲਾ। ਸੱਜਣੋ ਉਧਰ ਗੁਰੂ ਗੋਰਖਨਾਥ ਜੀ ਆਪਣਾ ਰਵਾਨਾ ਹੋ ਗਏ। ਭੈਣ ਕਾਸ਼ਲ ਤੇ ਗੱਲ ਸਹਾਰੀ ਨਹੀਂ ਗਈ, ਉਹਦਾ ਵੀ ਜੋੜੇ ਹੋਏ ਅਰਜਨ ਸੁਰਜਨ ਜਿਹੜੇ ਮਾਤਾ ਨੂੰ ਬਾਲ ਦੇਣੇ ਸੀ ਵਾਸ਼ਲ ਨੂੰ, ਉਹ ਲੈ ਆਈ ਸੀ ਨਾ, ਉਹਦਾ ਵੀ ਜੋੜੇ। ਹੁਣ ਉਹ ਤੇ ਦੂਜੇ ਜਹਰ ਪੀਰ ਦਾ ਜਨਮ ਮਤਲਬ ਸੰਭਾਲ ਨਹੀਂ ਪਾਈ, ਉਹ ਸਹਿਣ ਨਹੀਂ ਕਰ ਸਕੀ ਵੀ ਇਹਦਾ ਕਿਉਂ ਜੰਮਿਆ, ਇਹਦਾ ਨਹੀਂ ਸੋ ਜੰਮਣਾ ਚਾਹੀਦਾ, ਰਾਜਪਾਠ ਮੇਰੇ ਬੱਚਿਆਂ ਨੂੰ ਮਿਲਦਾ। ਬੋਲੋ ਸੱਚੇ ਦਰਬਾਰ ਕੀ। ਭੈਣਾਂ ਸਕੀਆਂ
ਇੱਕੋ ਹੀ ਬਾਪ ਦੀਆਂ। ਲੇਕਿਨ ਪਿਆਰ ਇੰਨਾ ਜੀਆਂ ਸੱਪੇ ਨੌਲੇ ਦਾ, ਇੱਕ ਦੂਜੀ ਨੂੰ ਦੇਖ ਕੇ ਰਾਜੀ। ਪਰ ਬਾਸ਼ਲ ਦਿਲ ਦੀ ਸਾਬਤ, ਕਾਲਕ ਰੱਖੀ ਤਾਂ ਕਾਸ਼ਲ ਨੇ ਰੱਖੀ ਉਹਦੀ ਭੈਣ ਛੋਟੀ ਨੇ। ਸਜਣੋ ਇੱਕ ਦਿਨ ਗੁੱਗੇ ਜਹਰ ਵੀਰ ਨੂੰ ਪਾਲਣੇ ਦੇ ਵਿੱਚ ਪਾਇਆ ਹੋਇਆ ਤੇ ਬੜੀ ਦੇ ਨਾਲ ਉਹ ਪਾਲਣਾ ਲਟਕਾਇਆ ਹੋਇਆ, ਉਸ ਪਾਲਣੇ ਦੇ ਵਿੱਚ ਪਾਇਆ ਹੋਇਆ ਕਾਸ਼ਲ ਤੇ ਜ਼ਰੂਰੀ ਨਹੀਂ ਗੱਲ। ਬੋਲੋ ਸੱਚੇ ਦਰਬਾਰ ਕੀ ਜੈ। ਕੋਈ ਸੋਚਣ ਲੱਗੇ ਵੀ ਇੱਦਾਂ ਕਹਾਣੀ ਸੁਣਾਉਣ ਲੱਗ ਪਿਆ ਇਹ ਗੱਲ, ਮੈਂ ਗਾ ਕੇ ਸੁਣਾਵਾਂ ਕੁਦਾਂ? ਨਹੀਂ ਤੁਸੀਂ ਇਹ ਨਾ ਬੋਲਿਓ ਵੀ ਉਦਾਂ ਹੀ ਚੱਲ ਪਿਆ ਇਹ। ਹਾਂਜੀ ਹਾਂਜੀ ਸਾਨੂੰ ਨਹੀਂ ਆਉਂਦੀ ਜਾਂ ਅਸੀਂ ਨੀ ਕਹਿੰਦੇ, ਸਾਡੇ ਕੋਲ ਥਾਂ ਸੌਦਾ ਅਸੀਂ ਬੋਲਿਆ ਨੀ, ਅਸੀਂ ਉੱਥੋਂ ਸ਼ੁਰੂ ਕਰ ਸਗੋਂ ਉੱਥੇ ਤੇ ਵੀ ਪਿੱਛੇ ਤੇ ਲੈ ਲਿਆ। ਹੁਣ ਮਿਲਾਣ ਤਾਂ ਚੀਜ਼ ਦਾ ਕਰਨਾ ਹੀ ਸਾ। ਲਓ ਸਜਣੋ ਭੈਣ ਕਾਸ਼ਲ ਨੇ ਕੀ ਕੀਤਾ, ਨਾਗਣੇ ਦਾ ਭੇਸ ਧਾਰ ਕੇ ਪਿਆਲ ਪੂਰੀ ਉਤਰ ਗਈ। ਜਿਸ ਵੇਲੇ ਪਿਆਲ ਪੂਰੀ ਉਤਰ ਗਈ ਉਸ ਵੇਲੇ ਸੁੱਤਾ ਹੋਇਆ ਕਲੀਅਰ ਨਾਗ ਨੂੰ ਆਵਾਜ਼ਾਂ ਮਾਰ ਰਹੀ ਹੈ, ਐ ਕਲੀਅਰ ਨਾਗਿਆ ਉੱਠ ਮੇਰੀ ਗੱਲ ਸੁਣ। ਮੇਰੀ ਗੱਲ ਸੁਣ, ਉਹ ਨਹੀਂ ਉੱਠਿਆ ਕਲੀਅਰ ਨਾਗ, ਉੱਠਿਆ ਨਹੀਂ। ਹੁਣ ਸਾਨੂੰ ਕਿਆ ਪਤਾ ਵੀ ਕਿਉਂ ਨਹੀਂ ਉੱਠਿਆ, ਤਬੀਅਤ ਖਰਾਬ ਹੋਊਗੀ ਜਾਂ ਥੱਕਿਆ ਹੋਣਾ। ਲੇਕਿਨ ਕਥਾ ਘੁਮਾ ਕੇ ਜਿੱਥੋਂ ਮਰਜ਼ੀ ਲਿਓ, ਕਈ ਆਵਾਜ਼ਾਂ ਮਾਰੀਆਂ ਉੱਥੋਂ ਨੱਠੀ ਜਾਂਦੀ, ਇੰਨੀ ਗੱਲ ਸੁਣਨੀ ਤਾਂ ਦੇਰ ਹੋ ਜਾਣੀ। ਫਿਰ ਕਿੱਥੇ ਗਈ ਸੁੰਕੂ ਨਾਗ ਜਗਾਇਆ ਜਾ ਕੇ? ਬੋਲੋ ਸੱਚੇ ਦਰਬਾਰ ਕੀ। ਸੁੰਕੂ ਨਾਗ ਨੂੰ ਆਵਾਜ਼ਾਂ ਬਥੇਰੀਆਂ ਮਾਰੀਆਂ, ਉਹਨੂੰ ਇੱਕ ਤੋਹਫਾ ਬਣਾਤਾ ਗੱਲ ਦਾ ਹੀ। ਇਹ ਸੁੰਕੂ ਨਾਗਿਆ ਤੂੰ ਮੇਰਾ ਧਰਮ ਦਾ ਭਰਾ ਰਿਹਾ, ਮੈਂ ਤੇਰੀ ਧਰਮ ਦੀ ਭੈਣ ਰਹੀ, ਮੇਰੀ ਮਦਦ ਕਰ। ਬਸ ਇੰਨੀ ਗੱਲ ਵਿੱਚ ਸੁੰਕੂ ਨਾਗ ਫਸ ਗਿਆ। ਆਵਾਜ਼ ਸੋਹਣਾ ਦਾ ਉਹ ਤੇ ਜਿਹਨੇ ਭਾਈ ਬਣਾ ਲਿਆ ਤਾਂ ਹੁਣ ਭਾਈ ਦਾ ਤਾਂ ਫਰਜ਼ ਹੈ ਭੈਣਾਂ ਦਾ ਦੁੱਖ ਦੁੱਖ ਦੇਖਣਾ। ਉੱਠ ਕੇ ਬੈਠ ਗਿਆ, ਹੈ ਭੈਣ ਜੇ ਤਾਂ ਹੁਣ ਧਰਮ ਦਾ ਭਰਾ ਬਣਾ ਹੀ ਲਿਆ ਤਾਂ ਦੱਸ ਕਿਵੇਂ ਆਉਣਾ। ਉਹਨੇ ਕਿਹਾ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲਈ, ਮੇਰੀ ਭੈਣ ਦੇ ਘਰ ਬੱਚੇ ਨੇ ਜਨਮ ਲਿਆ,
ਉਹ ਪੰਗੂੜੇ ਦੇ ਵਿੱਚ ਹੈ, ਉਹਨੂੰ ਛੇਤੀ ਆ ਕੇ ਖਤਮ ਕਰਦੇ। ਬੋਲੋ ਸੱਚੇ ਦਰਬਾਰ ਕੀ ਜੈ। ਉਹਨੂੰ ਖਤਮ ਕਰਨਾ ਤਾਂ ਮੈਂ ਤਰਬੇਕਾ ਪਾਇਆ ਤੇਰੇ ਨਾਲ ਸਜਣੋ। ਸੁੰਕੂ ਨਾਗ ਨੂੰ ਪਤਾ ਵੀ ਉਹ ਸਾਡਾ ਵੱਡਾ ਭਰਾ ਹੈ, ਸਭ ਤੋਂ ਕਿਹਦੀ ਬੜਾ ਹੈ, ਚੀਜ਼ ਤਾਂ ਉੱਥੋਂ ਹੀ ਆਈ, ਇਹਨਾਂ ਨੂੰ ਨੀ ਪਤਾ। ਉਹਨੂੰ ਕਿੱਦਾਂ ਅਸੀਂ ਖਤਮ ਕਰ ਦਿੰਦੇ, ਉਹ ਕਿਸੇ ਦੇ ਮਾਰਨ ਵਾਲੀ ਤਾਕਤ ਨਹੀਂ ਹੈ। ਮੇਰੇ ਤੇ ਕੰਮ ਨਹੀਂ ਹੋਣਾ, ਅਗਰ ਵੀ ਜਿੱਦਾਂ ਮਰਜ਼ੀ ਕਰ, ਮੈਂ ਤੈਨੂੰ ਧਰਮ ਦਾ ਭਾਈ ਬਣਾਇਆ, ਫਸਾ ਲਿਆ ਗੇੜ ਵਿੱਚ, ਅਗਰ ਚੱਲ ਵੇ ਹੁਣ ਕਿਆ ਕਰਾਂ ਮੈਂ, ਜੇ ਮੈਨੂੰ ਮਾਰ ਹੀ ਦਿੰਦਾ ਤਾਂ ਠੀਕ ਹੈ ਭਾਈ, ਹੁਣ ਮੈਂ ਚੱਲ ਪੈਂਦਾ ਭਾਈ। ਉਸ ਵੇਲੇ ਸੰਕੂ ਨਾਗ ਨੂੰ ਲੈ ਕੇ ਤਾਂ ਫਿਰ ਉਹ ਕਾਸ਼ਲ ਲੈ ਕੇ ਆਈ, ਤਾਂ ਦੇਖਿਆ ਤਾਂ ਜਾਹਰ ਪੀਰ ਜੀ ਪਾਲਣ ਦੇ ਵਿੱਚ ਖੇਲ ਰਹੇ, ਤਾਂ ਹੁਣ ਬੜੀ ਚੜਿਆ ਰੋਟੀ ਉਤਰਿਆ, ਕਿਸੇ ਪਾਲਣਾ ਲਟਕਾਇਆ ਹੋਇਆ ਡਾਲੇ ਦੇ ਨਾਲ ਜਾ ਕੇ ਪਾਲਣ ਦੇ ਵਿੱਚ ਗੁੱਗੇ ਜਾਹਰ ਪੀਰ ਨੂੰ ਡੰਗ ਮਾਰਿਆ ਹੋਇਆ ਹੈ। ਸੁੰਕੂ ਨਾਗ ਉੱਥੇ ਤਿਲਕ ਬਣਿਆ ਹੋਇਆ ਹੈ, ਫੋਟੋ ਪਰ ਦੇਖਿਆ ਥਾ ਇੱਕ ਵਾਰੀ, ਦੱਸਿਆ ਕਿਸੇ ਨੇ, ਇੱਕ ਕਾਲਾ ਨਿਸ਼ਾਨ ਹੈਗਾ, ਦੱਸਿਆ ਕਈਆਂ ਨੇ ਵੀ ਇਹ ਡੰਗ ਮਾਰਿਆ ਹੋਇਆ ਹੈ, ਜਿਹਨੂੰ ਅਸੀਂ ਤਿਲਕ ਕਹਿੰਦੇ ਨੇ, ਇਹ ਉਹ ਸਾ। ਉਸ ਵੇਲੇ ਗੁੱਗੇ ਜਾਹਰ ਪੀਰ ਨੂੰ ਤਾਂ ਪਤਾ ਲੱਗ ਗਿਆ, ਉਹਨਾਂ ਦਾ ਨੂਰੀ ਲੈ ਲਈ, ਆਹ ਪੁੱਤਰਾ ਕੋਈ ਗੱਲ ਨਹੀਂ, ਆਹ ਤਾਂ ਸਹੀ ਕੋਈ ਡੰਗ ਮਾਰ ਦਿੱਤਾ। ਫਿਰ ਵੀ ਢਾਈ ਚੁਸਕੇ ਉਸ ਵੇਲਾ ਗੁੱਗੇ ਜਾਹਰ ਪੀਰ ਨੇ ਦਾ ਸਾਰਾ ਜ਼ਹਿਰ ਜਿਹੜਾ ਆਪਣੇ ਅੰਦਰ ਲੈ ਲਿਆ। ਬੋਲੋ ਸੱਚੇ ਦਰਬਾਰ ਕੀ ਜੈ। ਔਰ ਐਸਾ ਉਹਨੂੰ ਦਿਮਾਗ ਦੇ ਵਿੱਚ ਪਾਇਆ ਮਾਤਾ ਵਾਸ਼ਲ ਨੂੰ, ਜਿੱਦਾਂ ਬੋਲਦੇ ਨਾ ਮੈਂ ਇਹ ਨਹੀਂ ਬੋਲਦੀ ਹੈ, ਇਹ ਕੋਈ ਚੀਜ਼ ਬੋਲਦੀ ਹੈ। ਗੁੱਗੇ ਜਾਹਰ ਪੀਰ ਹਸਤੀ ਜਿਹੜੀ ਹੈ, ਮਾਤਾ ਵਾਸ਼ਲ ਦਿਮਾਗ ਫੇਰਦਾ, ਦਿਮਾਗ ਫੇਰਦਾ, ਮਾਤਾ ਵਾਸ਼ਲ ਨੇ ਦੇਖ ਲਿਆ ਕਿ ਮੇਰੇ ਪੁੱਤਰ ਨੂੰ ਇਹ ਵੀ ਡੰਗ ਮਾਰਿਆ, ਜ਼ਹਿਰ ਦਾ ਉਹਦੇ ਚੂਸ ਲਿਆ ਗੁੱਗੇ ਨੇ, ਉਹ ਤਾਂ ਮਾਤਾ ਨੂੰ ਪਤਾ ਹੀ ਨਹੀਂ ਲੱਗਿਆ, ਬੇਹੋਸ ਨਿਸਲ ਕਰੀਕੇ ਸੁੱਟਤੇ ਆ। ਤਾਂ ਹੁਣ ਸਾਰਾ ਦੇਖਿਆ ਆਪਣੇ ਪੁੱਤਰ ਨੂੰ ਮਾਤਾ ਵਾਸ਼ਲ ਨੇ ਕਿ ਇਹਨੂੰ ਕਿਤੇ ਡੰਗ ਤਾਂ ਨਹੀਂ ਹੋਇਆ, ਤਾਂ ਉਹਨੂੰ ਥੋੜ੍ਹੀ ਦੱਸਣਾ, ਉਹ ਬੜਾ ਸੋਹਣਾ ਖੇਲਦਾ ਮਲਦਾ ਰਿਹਾ, ਉਹਨੂੰ ਕਿੱਥੇ ਵਿਛ ਜਾਣ, ਨਾ ਉਹ ਤਾਂ ਚੀਜ਼ ਹੀ ਉਹੀ ਸੀ, ਉੱਥੋਂ ਹੀ ਆਈ। ਲਓ ਸਜਣੋ, ਮਾਤਾ ਵਾਸ਼ਲ ਨੂੰ ਗੁੱਸਾ ਚੜ ਗਿਆ, ਉਹਨੇ ਕਿਸੇ ਨੂੰ ਬੁਲਾ ਕੇ ਨਾ ਸੱਤਾ ਕੋਠੜੀਆਂ ਦੇ ਬੰਦ ਕਰਤਾ। ਸੁੰਕੂ ਨਾਗ ਕਹਿਣ ਲੱਗਾ, ਹੁਣ ਕਹਿਣ ਲੱਗੀ ਵੀ ਇਹਨਾਂ ਕੋਠੜੀਆਂ ਦੇ ਵਿੱਚ ਤੇਰੇ ਪ੍ਰਾਣ ਖਤਮ ਹੋ ਜਾਣਗੇ, ਲੇਕਿਨ ਬਾਹਰ ਨਹੀਂ। ਗੁੱਗੇ ਜਾਹਰ ਪੀਰ ਨੇ ਮਾਤਾ ਦਾ ਦਿਮਾਗ ਫੇਰ ਦਿੱਤਾ ਕਿ ਐਸਾ ਕਰੋ, ਉਹ ਤਾਂ ਹੋਇਆ ਸੱਤਾਂ ਕੋਠੜੀਆਂ ਦੇ ਵਿੱਚ ਬੰਦ ਕੀਤਾ ਸੁੰਕੂ ਨਾਗ। ਉਸ ਵੇਲੇ ਉਹ ਬੰਦ ਹੋ ਗਿਆ, ਭੈਣ ਕਾਸ਼ਲ ਦੀ ਸਟੋਰੀ ਜਿਹੜੀ ਖਤਮ ਹੋ ਗਈ, ਉਹਦੀ ਪੇਸ਼ ਨਹੀਂ ਚੱਲ ਸਕੀ। ਹੁਣ ਲੈ ਕੇ ਤਾਂ ਉਹਨੇ ਆਈ, ਲੇਕਿਨ ਪੇਸ਼ ਨਹੀਂ।
ਦਿਲ ਪਰ ਪੱਥਰ ਕਰਨਾ ਪਿਆ ਵੇ ਤਾਂ ਕੁਛ ਵੀ ਨਹੀਂ ਕੀਤਾ ਇਹਨੇ ਨਾਲ ਧਰਮਿਕਾ ਪਾਈ ਕੇ ਗੁਆਇਆ ਕੋਈ ਵੀ ਪੇਸ਼ ਨਹੀਂ ਚੱਲੀ ਦੇਖੋ ਪਹਿਲਾਂ ਜੰਗਲ ਦੇ ਵਿੱਚ ਡਸਾਈ ਉਹ ਦੌਲਾ ਬੈਂਕ ਦੱਸਿਆ ਹੈ ਨਾ ਤਾਂ ਵੀ ਇਕੱਠ ਨਹੀਂ ਕੀਤੀ ਕਿਹੜੇ ਵਕਤ ਵਿੱਚ ਔਰ ਕਿੱਥੇ ਜਿੱਥੇ ਬੀਆਬਾਨ ਜੰਗਲ ਉਜਾੜ ਨਾ ਕੋਈ ਬਸਦੀ ਨਾ ਬੈਤ ਨਾ ਕੋਈ ਨਹੀਂ ਸੀਗਾ ਜਿੱਥੇ ਗਏ ਧੌਲੇ ਨੂੰ ਬੈਠ ਕੇ ਡੰਗ ਕਰਵਾਉਣਾ ਕਾਸ਼ਲ ਨਹੀਂ ਕਰਾਇਆ ਹੈ ਛੁਡਾਇਆ ਕਦ ਥਾ ਜਿਸ ਵੇਲੇ ਗੁੱਗਾ ਜਹਰ ਪੀਰ ਦੀ ਵਿਆਹ ਵਾਸਤੇ ਵੀ ਛੁਡਾ ਲਿਆ ਥਾ ਛੁਡਾਇਆ ਕਿ ਨਹੀਂ ਭੈਣ ਗੁੱਗੜੀ ਨੇ ਅਗਲੀ ਗੱਲ ਦੱਸ ਦਿੰਦਾ ਮਾੜੀ ਜਿਹੀ ਮੈਂ ਕਿ ਜਿਸ ਦਿਨ ਵਿਆਹ ਗਿਆ ਉਸ ਵੇਲੇ ਭੈਣ ਨੇ ਤਾਨਾ ਮਾਰਿਆ ਕਿ ਵਧਾਈ ਦੇ ਵੀਰਾ ਭੈਣ ਨੂੰ ਵਧਾਈ ਤਾਂ ਦੇਣੀ ਨੀ ਜਿਹੜੀਆਂ ਚੀਜ਼ਾਂ ਉਹਨੇ ਦੱਸੀਆਂ ਇੱਕ ਵੀ ਨਹੀਂ ਲੈਣੀ ਇਹ ਮੈਂ ਇੱਕ ਵੀ ਨਹੀਂ ਲੈਣੀ ਗਾਈਆਂ ਮੱਝੀਆਂ ਤੂੰ ਬੋਲਿਆ ਮੈਂ ਨੁਕਰਾਣੀ ਹੈ ਘੋੜਾ ਮੰਗਿਆ ਘੋੜਾ ਨਹੀਂ ਦਿੱਤਾ ਖੰਡਾ ਮੰਗਿਆ ਖੰਡਾ ਨਹੀਂ ਦਿੱਤਾ ਬੋਲਦਾ ਸੋਨੇ ਦਾ ਰੂਪ ਮੈਂ ਬਹੁਤ ਦੇਵਾਂ ਸੋਨੇ ਸੋਨਾ ਮੰਗ ਲੈ ਮੈਂ ਕਾਤ ਲਾਣਾ ਸੋਨਾ ਤੇਰਾ ਜਿਹੜੀ ਚੀਜ਼ ਮੰਗੀ ਉਹ ਦਿੱਤੀ ਨਹੀਂ ਅੜ ਪਾਈ ਨਾ ਕਿ ਘੋੜੇ ਪਰ ਨਹੀਂ ਚੜ੍ਹ ਕੇ ਜਾਣਾ ਮੈਂ ਉਹੀ ਮੰਗਣਾ ਘੋੜੇ ਪਰ ਗਿਆ ਖਾਣ ਵਾਸਤੇ ਉਸ ਨੀਲੇ ਨੂੰ ਪਰ ਸੀਗੇ ਉੱਡਦਾ ਤਾਂ ਥਾ ਤਾਂ ਜਿਹੜਾ ਭੈਣ ਨਾ ਮੰਗ ਲਿਆ ਤਾਂ ਫਿਰ ਬੋਲਿਆ ਉਹ ਛਿਆਂ ਮਹੀਨਿਆਂ ਦਾ ਰਸਤਾ ਮੈਂ ਪੈਦਲ ਥੋੜ੍ਹੀ ਕਰਨਾ ਉੱਡ ਕੇ ਜਾਣਾ ਅੱਠਾਂ ਦਿਨਾਂ ਵਿੱਚ ਤੈਅ ਕਰਨਾ ਤਾਂ ਹੋਇਆ ਸੀ ਉਹ ਜਿਸ ਵੇਲੇ ਤਾਨਾ ਮਾਰਿਆ ਵੀਰਾ ਮੇਰੀ ਗੱਲ ਸੁਣ ਤੇ ਉੱਤੇ ਕੁਛ ਨਹੀਂ ਲੈਣਾ ਇੱਕ ਚੀਜ਼ ਲੈ ਕਿਹੜੀ ਕਹਿਣ ਲੱਗੀ ਬਈ ਅਸੀਂ ਰਾਜੇ ਮਹਾਰਾਜੇ ਸਾਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ ਰਾਜਿਆਂ ਦੇ ਪੁੱਤਰ ਵਿਆਹ ਚੱਲਦੇ ਨਾ ਜਿਹੜੇ ਕੈਦੀ ਹੁੰਦੇ ਨਾ ਉਹਨਾਂ ਨੂੰ ਛੁਡਾ ਦਿੰਦੇ ਉਸ ਵੇਲੇ ਖੁਸ਼ੀ ਦਾ ਟਾਈਮ ਹੁੰਦਾ ਇੱਕ ਪਾਸੇ ਖੁਸ਼ੀ ਅੰਦਰ ਗਮੀ ਉਹ ਗੱਲ ਸ਼ੋਭਾ ਨਹੀਂ ਦਿੰਦੀ ਤਾਂ ਮੈਨੂੰ ਸੋਕੂ ਨਾਗ ਛੁਡਾ ਇਹ ਤਾਂ ਛੁਡਾਇਆ ਸੀ ਫਿਰ ਛੁਡਾ ਕੇ ਦੇਖੋ ਕਿਆ ਪੁਆੜਾ ਪਾਇਆ ਫਿਰ ਸੰਕਲ ਘਾਟੀਆਂ ਲੜਾਈ ਕੀਤੀ ਤਾਂ ਗਿਆ ਥਾ ਬਿਆਨ ਇਹ ਉਸ ਵੇਲੇ ਛੁਡਾਇਆ ਥਾ ਹੁਣ ਇਹਦੀ ਪਰਵਿਸ਼ ਹੁੰਦੀ ਹੁੰਦੀ ਇਹ ਕਾਸ਼ਲ ਦਾ ਤਾਂ ਡਰ ਹੀ ਨਹੀਂ ਰਿਹਾ ਉਹਦੀ ਪੇਸ਼ ਕੋਈ ਨਹੀਂ ਚੱਲੀ ਹੁਣ ਛੋਟਾ ਵੱਡਾ ਵੱਡਾ ਹੁੰਦਾ ਸਾਡੇ ਲੋਕ 5 ਸਾਲ ਦੀ ਉਮਰ ਦੇ ਵਿੱਚ ਹੋ ਗਿਆ ਜਿਸ ਵੇਲਾ 5 ਸਾਲ ਦੀ ਉਮਰ ਦੇ ਵਿੱਚ ਇਹ ਹੋ ਗਿਆ ਨਾ ਤਾਂ ਉਸ ਵੇਲਾ ਹੁਣ ਇਹਦਾ ਮਲਾਇਨ ਹੋਣਾ ਮਾਤਾ ਵਾਸ਼ਨ ਨੂੰ ਕਹਿਣ ਲੱਗਾ ਮਾਤਾ ਮੈਂ ਹੁਣ ਘੋੜਾ ਲੈਣਾ ਹੁਣ ਉਹਨੂੰ ਕੀ ਪਤਾ ਗੁੱਗੇ ਜਹਰ ਪੀਰ ਨੂੰ ਕੀ ਪਤਾ ਤੇ ਕਿਆ ਕੀਤਾ ਇਹਨੇ ਐਗਾ ਪੁੱਤ ਘੋੜੇ ਦੀ ਗੱਲ ਕਰ ਰਹੇ ਘੋੜੇ ਥੋੜੇ ਤਬੇਲਾ ਭੱਜਦਾ ਵਾ ਜਿਹੜਾ ਮਨ ਕਰਦਾ ਉਹ ਲੈ ਲੈ
ਆਖਾ ਉਹ ਮੈਂ ਸਾਰੇ ਦੇਖ ਆਇਆ, ਉਹ ਇੱਕ ਵੀ ਹੈ ਨੀ ਮੇਰੇ ਲੈਣ ਵਾਲਾ। ਆਖਾ ਫੇਰ ਆਖਾ ਮੈਨੂੰ ਨੀ, ਮੈਨੂੰ ਮੇਰੀ ਮਰਜ਼ੀ ਦਾ ਘੋੜਾ ਦੇ। ਹੁਣ ਚੀਜ਼ ਦਾ ਮਿਲਾਨ ਹੋਣਾ। ਉਸ ਵੇਲੇ ਗੁਰੂ ਗੋਰਖਨਾਥ ਦਾ ਧਿਆਨ ਲਗਾਇਆ, ਮਾਤਾ ਵਾਸ਼ਨ ਗੁਰੂ ਗੋਰਖਨਾਥ ਜੀ ਪਹੁੰਚ ਗਏ। ਮਹਾਰਾਜ ਅੜੀ ਕਰਦਾ, ਹੁਣ ਮੈਂ ਤਾਂ ਤੁਹਾਡੇ ਚੀਜ਼ ਲੈ ਨਹੀਂ ਸਕਦੀ, ਮੈਂ ਤਾਂ ਵਧਾਈ ਦੇ ਵਿੱਚ ਦਿੱਤੀ ਹੋਈ ਹੈ, ਇਹਨੂੰ ਸਮਝਾਓ। ਗੁਰੂ ਗੋਰਖਨਾਥ ਨੂੰ ਆਉਣਾ ਪਿਆ, ਗੁੱਗੇ ਜਾਹਰਵੀਰ ਨੂੰ ਨਾਲ ਲੈ ਕੇ, ਚੱਲ ਪੁੱਤਰਾ ਫਿਰ ਤੈਨੂੰ ਘੋੜਾ ਦੇਵਾਂ। ਜਾ ਕੇ ਖਵਾਜੇ ਪੀਰ ਜਾ ਕੇ ਉੱਥੇ ਅਲਖ ਲਗਾਈ, ਖਵਾਜੇ ਪੀਰ ਨਾਲ ਗੱਲਬਾਤ ਕੀਤੀ, ਲਿਆ ਪਈ ਸਾਡੀ ਇਮਾਨਤ। ਉਹ ਉਸ ਵੇਲੇ ਪੰਜਾਂ ਪੀਰਾਂ ਨੂੰ ਖਵਾਜੇ ਪੀਰ ਨੇ ਹੁਕਮ ਲਗਾਇਆ ਕਿ ਲਿਆਓ ਬਾਈ ਲੀਲਾ। ਫਿਰ ਆਏ ਪੰਜ ਪੀਰ ਲੈ ਕੇ। ਜਿਸ ਵੇਲੇ ਪੰਜ ਪੀਰ ਆ ਕੇ ਮੋਹਰਾ ਖੇਡਦਾ ਨੀਲਾ, ਉਸ ਵੇਲੇ ਗੁਰੂ ਗੋਰਖਨਾਥ ਨੇ ਕਿਹਾ, ਖਵਾਜਾ ਪੀਰ ਜੀ ਲਾਓ ਪੰਜਾ, ਪੰਜਾ ਪੰਜਾ ਲਾਓ ਪੰਜਾਂ ਪੀਰਾਂ ਦਾ। ਉਸ ਵੇਲੇ ਪੰਜਾ ਲੱਗਿਆ ਸਾ ਘੋੜੇ 'ਤੇ, ਪੰਜਾਂ ਪੀਰਾਂ ਦਾ ਨਾ ਬੋਲਦੇ, ਪੰਜਾਂ ਪੀਰਾਂ ਦੀ ਕਾਲ ਮਾਰ। ਬੋਲੋ ਸੱਚੀ ਦਰਬਾਰ ਜੀ ਹੈ ਜੀ। ਉਹ ਪੰਜਾ ਲਾਇਆ, ਹੁਣ ਇਹ ਤੂੰ ਵੀ ਲਾ। ਖਵਾਜੇ ਨੂੰ ਬੋਲਿਆ ਤੂੰ ਵੀ ਲਾ ਪੰਜਾ। ਸਜਣੋ ਇੰਨੀ ਪੜ੍ਹਾਈ ਵੀ ਉਹਦੇ ਕੋਲ ਕੀਤੀ, ਪੰਜੇ ਦੇ ਨਾਲ ਅਸ਼ੀਰਵਾਦ, ਪੰਜੇ ਵਿੱਚ ਹੀ ਸਾਰੀ ਗੱਲ ਮੰਗ ਲਈ ਹੈ। ਫਾਰਸੀ ਪੜ੍ਹੀ ਨੀ, ਕਿੱਥੇ ਪੜ੍ਹੀ, ਢਿੱਡੇ ਥੋੜ੍ਹੀ ਪੜ੍ਹੀ, ਪੜ੍ਹੀ ਤਾਂ ਬਾਹਰ ਆ ਗਈ ਹੈ, ਲੇਕਿਨ ਉਸ ਪੰਜੇ ਨੇ ਕਾਰਾਮਾਤ ਕਰਤੀ। ਖਵਾਜੇ ਪੀਰ ਦੀ ਦੇਣ ਹੈ ਫਾਰਸੀ, ਜਿੱਦਾਂ ਮੈਂ ਸੁਣਿਆ ਭਾਈ, ਮੈਂ ਸੁਣਾਇਆ ਕਰਦਾ, ਇਹ ਸਾਨੂੰ ਵੀ ਨੀ ਪਤਾ, ਮੈਂ ਵੀ ਹੈ ਨਹੀਂ ਤਾਂ ਉੱਥੇ ਇਸ ਵੇਲੇ। ਲੇਕਿਨ ਉਹ ਪੰਜੇ ਵਿੱਚ ਹੀ ਸਾਰੀ ਪੜ੍ਹਾਈ, ਉੱਦਾਂ ਹੀ ਲਿਆਇਆ ਉਹ। ਉੱਧਰ ਨੀਲੇ ਨੂੰ ਲੱਗ ਗਿਆ ਪੰਜਾ, ਮਿਲਾਨ ਹੋ ਗਿਆ। ਉੱਧਰ ਨੀਲੇ ਨੇ ਦੇਖਿਆ ਜਾਹਰਵੀਰ ਨੂੰ, ਜਾਹਰਵੀਰ ਨੇ ਦੇਖਿਆ ਨੀਲਿਆ, ਇੱਕ ਦੂਜੇ ਦੀ ਖਿੱਚ ਦਾ ਪਈ ਹੈ, ਜੱਫੀ ਦੇ ਕੇ ਮਿਲੇ। ਆ ਗਿਆ ਅਸੀਂ ਇਕੱਠੇ ਹੋ ਗਏ। ਉਸ ਵੇਲਾ ਉਹ ਨੀਲਾ ਜਿਹੜਾ ਗੁੱਗੇ ਜਾਹਰਵੀਰ ਨੂੰ ਗੁਰੂ ਗੋਰਖਨਾਥ ਨੇ ਦਿੱਤਾ। ਬੋਲੋ ਸੱਚੇ ਦਰਬਾਰ ਕੀ। ਹੁਣ 7 ਸਾਲ ਦੀ ਉਮਰ ਹੋ ਗਈ ਗੁੱਗੇ ਜਾਹਰਵੀਰ ਦੀ। ਉਸ ਵੇਲਾ ਰਾਤ ਨੂੰ ਸੁਪਨਾ ਆਇਆ, ਸੁਪਨਾ ਆਇਆ, ਸੁਪਨਾ ਕੀ, ਇਹ ਵਿਆਹ ਸੁਪਨੇ ਦਾ ਹੈ, ਹਕੀਕੀ ਨਹੀਂ, ਹਕੀਕੀ ਤਾਂ ਬਾਅਦ ਵਿੱਚ ਕੀਤਾ, ਵਿਆਹ ਤਾਂ ਸੁਪਨੇ 'ਚ ਹੋਇਆ। ਅੱਗੇ ਬਣਾਵਟ ਹੀ ਬਣਾਈ, ਕਥਾ ਜਿਹਨੂੰ ਬੋਲਦੇ। 7 ਸਾਲ ਦੀ ਉਮਰ ਦੇ ਵਿੱਚ ਗੁੱਗੇ ਜਾਹਰਵੀਰ ਨੂੰ ਸੁਪਨਾ ਆਇਆ, ਉੱਧਰ ਚੀਜ਼ ਜਿਹੜੀ ਹੈ ਰਾਜਾ ਸਿੰਘ ਜੀ ਦੇ ਲੜਕੀ ਹੋਈ ਹੈ ਸੁਲਿਆਰ, ਇਹ ਵੀ ਗੁਰੂ ਗੋਰਖਨਾਥ ਦੀ ਦੇਣ। ਉੱਧਰ ਇਹਨੂੰ ਫਲ ਦਿੱਤਾ, ਫਿਰ ਉੱਥੇ ਚਲਾ ਗਿਆ, ਉਹਨੂੰ ਵੀ ਫਲ ਦਿੱਤਾ, ਜਾ ਕੇ ਉਹਨੂੰ ਸਿੱਲਾ ਦਿੱਤਾ, ਸਿੱਲਾ 'ਤੇ ਸੁਲਿਆਰ ਨਾਮ ਰੱਖੀ, ਰਾਜਾ ਲੜਕੀ ਹੋਣੀ, ਇਹਨਾਂ ਦਾ ਮਿਲਾਨ ਕਰਾਉਣਾ ਹੈ ਗੁਰੂ ਗੋਰਖਨਾਥ ਨੇ। ਹੁਣ ਇਹਨਾਂ ਦਾ ਉੱਧਰ ਇਹ ਵੀ ਇਹਨੇ ਵੀ ਜਨਮ ਲੈ ਲਿਆ, ਉੱਧਰ 1.5 ਸਾਲ ਦੇ ਬਾਅਦ ਜਨਮ ਲੈ ਲਿਆ, ਫਰਕ ਤਾਂ ਇਹਨਾਂ ਨਹੀਂ। ਲਓ ਸਜਣੋ, ਹੁਣ ਇਹ
ਸੁਪਨੇ ਦੇ ਵਿੱਚ ਇੱਧਰ ਇਹਨੂੰ ਸੁਪਨਾ ਹੋ ਰਿਹਾ, ਉੱਧਰ ਉਹਨੂੰ ਸੁਪਨਾ ਹੋ ਰਿਹਾ, ਇਹ ਦੋਹੇ ਬਾਗਾਂ ਦੇ ਵਿੱਚ ਬੈਠੇ ਹੋਏ। ਔਰ ਉੱਥੇ ਬਚਨ ਹੋਏ ਇਹਨਾਂ ਦੇ ਕਿ ਮੈਂ ਸ਼ਾਦੀ ਤੇਰੇ ਨਾਲ ਕਰਾਉਣੀ ਤੇ ਮੇਰੇ ਨਾਲ, ਨਹੀਂ ਤਾਂ ਖਤਮ ਹੋ ਜਾਣਗੇ ਦੋਨੋਂ। ਪੱਕੀਆਂ ਕਸਮਾਂ ਹੋ ਗਈਆਂ ਸੁਪਨੇ ਦੇ ਵਿੱਚ। ਜਿਸ ਵੇਲੇ ਅੱਖਾਂ ਖੁੱਲੀਆਂ ਉਹ ਉਹਨਾਂ ਦੇ ਮਗਰ ਪੈ ਗਈ, ਪਿਓਾਂ ਦੇ ਮਗਰ, ਇਹ ਮਾਊ ਦੇ ਮਗਰ ਪੈ ਗਿਆ ਕਿ ਮੈਂ ਇੱਦਾਂ ਇੱਦਾਂ ਮੈਂ ਲੜਕੀ ਦੇਖ ਲਈ, ਮੈਂ ਵਿਆਹ ਕਰਾਉਣਾ ਉਹਦੇ ਨਾਲ ਕਰਾਉਣਾ। ਕੌਰੂ ਦੇਸ਼ ਦੇ ਵਿੱਚ ਕੋਈ ਰਾਜਾ ਸਿੰਘੀ ਜੀ ਉਹਦੀ ਲੜਕੀ ਸੁਲਿਆ ਹੈ, ਤੁਹਾਨੂੰ ਨਹੀਂ ਬੋਲਦਾ ਕਿ ਮਾਰੂ ਦੇਸ਼ ਦੇ ਵਿੱਚ ਰਾਜਾ ਜੇਵਰ ਹੈ, ਉਹਦਾ ਲੜਕਾ ਹੈ ਗੁੱਬਾ ਚੌਹਾਨ, ਮੈਂ ਵਿਆਹ ਉਹਨਾਂ ਦੇ ਕਰਾਉਣਾ। ਸੁਪਨੇ ਵਿੱਚ ਹੋਈ ਹੈ ਸਭ ਕੁਛ, ਇਹਦਾ ਜ਼ੋਰ ਜਾ ਪਾਇਆ ਨਾ, ਤਾਂ ਇਹਨਾਂ ਦਾ ਮਿਲਾਨ ਹੋਇਆ। ਹੁਣ ਦੱਸੋ ਸਾਡੇ ਸਾਡੇ ਵਾਸਤੇ ਕਿਆ ਸੇਵਾ? ਇਹ ਤਾਂ ਮੈਂ ਲੱਗਾ ਰਹਿਣਾ ਤਿੰਨ ਦਿਨ ਹੀ, ਹੁਣ ਤਾਂ ਬੜਾ ਉੱਚਾ ਚਲੇ ਗਿਆ ਕੰਮ ਹੈ ਨਾ ਜੀ। ਮਿਹਨਤ ਦੇ ਵਿੱਚ ਨਾ ਅਗਰ ਜੇ ਤੁਸੀਂ ਦਿਲੋਂ ਮੰਨ ਕੇ ਚੱਲਣ ਨਾ ਤੇ ਸਵੇਰੇ 4 ਵਜੇ ਤਾਈਂ ਮੈਂ ਇਹ ਕੰਮ ਤੁਹਾਡਾ ਕਰ ਦਿੱਤਾ। ਹਿਸਟੋਰੀ 4 ਵਜੇ ਖਤਮ ਹੋਣੀ ਸੀ ਇਹ ਸਟੋਰੀ, ਮੈਂ ਬਹਿਦੇ ਨਾਲ